जवान मुंडा जिसका नाम सागर ते उम्र करीब 24 साल दी सी। जदों उसनू एक कुड़ी दे नाल प्यार होया तां घरदिआं ने छानबीन करनी शुरू कर दित्ती। पता लग्या कि उह कुड़ी चंडीगढ़ दी है अते 3 तों 4 वार उहनां दे घर वी आई। ਘਰਦਿਆਂ ਨੇ ਮਿਲਣ ਤੋਂ ਬਾਅਦ ਜਦੋਂ ਵਿਆਹ ਦੀ ਗੱਲ ਚਲਾਈ ਤਾਂ ਕੁੜੀ ਦੇ ਮਾਪਿਆਂ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਦੇ ਬਾਵਜੂਦ ਵੀ ਕੁੜੀ ਮੁੰਡੇ ਦੇ ਘਰ ਪਹੁੰਚੀ ਸੀ, ਜਿਸ ਤੋਂ ਬਾਅਦ ਮੁੰਡਾ ਅੱਜ ਸਵੇਰੇ ਉਸਨੂੰ ਵਾਪਸ ਬੱਸ ਚੜ੍ਹਾਉਣ ਜਾ ਰਿਹਾ ਸੀ। ਬਲਾਚੌਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਬੱਸ ਦੇ ਵਿੱਚ ਚੜ੍ਹਾਉਣ ਤੋਂ ਪਹਿਲਾਂ ਦੋਹਾਂ ਦੇ ਵਿੱਚ ਪਤਾ ਨਹੀਂ ਅਜਿਹੀ ਕੀ ਗੱਲਬਾਤ ਹੋਈ ਕਿ ਮੁੰਡੇ ਨੇ ਉਸੇ ਸਮੇਂ ਹੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਕੁੜੀ ਨੂੰ ਹੱਥਾਂ ਪੈਰਾਂ ਦੀ ਪਈ ਅਤੇ ਉਸਨੇ ਜਦੇ ਹੀ ਮੁੰਡੇ ਦੀ ਮਾਂ ਨੂੰ ਫੋਨ ਕਰਨ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਤੁਹਾਡੇ ਮੁੰਡੇ ਸਾਗਰ ਨੇ ਇਹ ਕੁਝ ਕਰ ਲਿਆ। ਕਰੀਬ 1 ਘੰਟੇ ਦੇ ਵਿਚਾਲੇ ਹੀ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਦੇ ਨਾਲ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ, ਪਰ ਹੁਣ ਤੱਕ ਵੀ ਸਾਗਰ ਦੀ ਭਾਲ ਕੀਤੀ ਜਾ ਰਹੀ ਹੈ। ਉਸਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਅਤੇ ਇੱਧਰ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ। ਮਾਪੇ ਇਸ ਗੱਲ ਤੋਂ ਪਰੇਸ਼ਾਨ ਨੇ ਕਿ ਅਸੀਂ ਬੱਚੇ ਨੂੰ ਮਨ੍ਹਾ ਕੀਤਾ ਸੀ, ਉਸਦੇ ਬਾਵਜੂਦ ਵੀ ਉਹ ਕੁੜੀ ਦੇ ਨਾਲ ਸੀ ਅਤੇ ਪਤਾ ਹੀ ਨਾ ਲੱਗਿਆ ਸਵੇਰੇ ਦੋਹਾਂ ਦੇ ਵਿਚਾਲੇ ਅਜਿਹਾ ਕੀ ਹੋਇਆ ਕਿ ਕੁਝ ਹੀ ਸਮੇਂ ਬਾਅਦ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਫਿਲਹਾਲ ਉਹ ਲਾਪਤਾ ਦੱਸਿਆ ਜਾ ਰਿਹਾ। ਗੋਤਾਖੋਰਾਂ ਦੀ ਟੀਮ ਲਗਾਤਾਰ ਉਸਦੀ ਭਾਲ ਕਰ ਰਹੀ ਹੈ ਅਤੇ ਇੱਧਰ ਨਹਿਰ ਕੰਢੇ ਬੈਠੀ ਮਾਂ ਸਮੇਤ ਪਰਿਵਾਰਕ ਮੈਂਬਰ ਆਪਣੇ ਬੱਚੇ ਦੀ ਸਲਾਮਤੀ ਦੇ ਲਈ ਦੁਆਵਾਂ ਕਰ ਰਹੇ ਨੇ। ਦੂਸਰੇ ਪਾਸੇ ਉਸ ਕੁੜੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ, ਜਿਸ ਦੇ ਵੱਲੋਂ ਫੋਨ ਕੀਤਾ ਗਿਆ ਸੀ, ਪਰ ਕੁਝ ਰਾਹਗੀਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਬੱਸ ਦੇ ਵਿੱਚ ਚੜ੍ਹ ਕੇ ਜਾ ਚੁੱਕੀ ਹੈ, ਚੰਡੀਗੜ੍ਹ ਦੇ ਲਈ ਰਵਾਨਾ ਹੋ ਚੁੱਕੀ ਹੈ ਉਹ ਕੁੜੀ। ਅਤੇ ਇੱਧਰ ਮੁੰਡੇ ਦੀ ਇਹ ਹਾਲਤ ਹੋਣ ਦੇ ਬਾਅਦ ਵੀ ਉਸ ਕੁੜੀ ਨੇ ਪਿਆਰ ਕਰਨ ਵਾਲੇ ਉਸ ਮੁੰਡੇ 'ਤੇ ਕੋਈ ਤਰਸ ਨਹੀਂ ਕੀਤਾ, ਜਿਸ ਦੇ ਨਾਲ ਉਹ ਵਿਆਹ ਦੇ ਸੁਪਨੇ ਦੇਖ ਰਹੀ ਸੀ। ਉਸ ਮੁੰਡੇ ਨੂੰ 1 ਮਿੰਟਾਂ ਦੇ ਵਿੱਚ ਹੀ ਛੱਡ ਕੇ ਚਲੀ ਗਈ। ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਸਾਗਰ ਦੀ ਭਾਲ ਕਦੋਂ ਕੀਤੀ ਜਾਂਦੀ ਹੈ, ਕਿਸ ਹਾਲਤ ਦੇ ਵਿੱਚ ਸਾਗਰ ਮਿਲਦਾ ਹੈ। ਦੱਸ ਦਈਏ ਕਿ ਇਹ ਸਾਰੀ ਘਟਨਾ ਸਵੇਰ ਸਮੇਂ ਦੀ ਹੈ। ਬਲਾਚੌਰ ਦੇ ਨੌਜਵਾਨ ਦੇ ਵੱਲੋਂ ਬਿਸਤ ਦੁਆਬ ਨਹਿਰ ਦੇ ਵਿੱਚ ਕੰਗਣਾ ਪੁਲ ਦੇ ਨਜ਼ਦੀਕ ਜਿਹੜੀ ਛਲਾਂਗ ਲਗਾਈ ਗਈ ਹੈ। ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਉਸੇ ਜਗ੍ਹਾ 'ਤੇ ਲਗਾਤਾਰ ਤਲਾਸ਼ ਕਰ ਰਹੀ ਹੈ। ਪਾਣੀ ਦਾ ਬਹਾਵ ਜਿੱਥੇ ਤੇਜ਼ ਹੈ ਉੱਥੇ ਹੀ ਪਾਣੀ ਦਾ ਪੱਧਰ ਵੀ ਕਾਫੀ ਵਧਿਆ ਹੋਇਆ, ਜਿਸ ਦੇ ਚੱਲਦੇ ਸਾਗਰ ਨੂੰ ਲੱਭਣ ਦੇ ਵਿੱਚ ਕਾਫੀ ਮੁਸ਼ਕਿਲ ਹੋ ਰਹੀ ਹੈ। ਸਾਗਰ ਪੁੱਤਰ ਅਮਰਜੀਤ ਸਿੰਘ, ਵਾਰਡ ਨੰਬਰ 2, ਬਲਾਚੌਰ, ਉਮਰ ਕਰੀਬ 24 ਸਾਲ ਦੇ ਕਰੀਬ ਹੈ ਉਸ ਮੁੰਡੇ ਦੀ। ਬਲਾਚੌਰ ਦੇ ਕੰਗਣਾ ਪੁਲ ਤੋਂ ਲਗਭਗ 4 ਵਜੇ ਬਲਾਚੌਰ ਦੇ ਰਹਿਣ ਵਾਲੇ ਨੌਜਵਾਨ ਨੇ ਅਜਿਹੀ ਹਰਕਤ ਕੀਤੀ। ਬਾਅਦ ਦੇ ਵਿੱਚ ਉਸਦੇ ਨਾਲ ਜਾਂਦੀ ਕੁੜੀ ਨੇ ਹੀ ਘਰਦਿਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਮੁੰਡੇ ਨੇ ਬਿਸਤ ਦੁਆਬ ਨਹਿਰ ਦੇ ਵਿੱਚ ਛਲਾਂਗ ਲਗਾਈ ਹੈ। ਘਰ ਦੇ ਵਿੱਚ ਫੋਨ ਆਉਣ ਤੋਂ ਬਾਅਦ ਹਰ ਪਾਸੇ ਹੜਕੰਪ ਮੱਚ ਗਿਆ। ਸਾਰੇ ਭੱਜੇ ਭੱਜੇ ਨਹਿਰ ਦੇ ਵੱਲ ਪਹੁੰਚੇ, ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਰਾਹਗੀਰਾਂ ਅਤੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਮੁੰਡੇ ਨੇ ਇਸ ਦੇ ਵਿੱਚ ਛਾਲ ਮਾਰੀ ਸੀ ਅਤੇ ਮੌਕੇ 'ਤੇ ਕੁੜੀ ਦੀ ਮਾਂ ਸਮੇਤ ਰਿਸ਼ਤੇਦਾਰ ਪਹੁੰਚੇ ਹੋਏ ਨੇ। ਉਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਨੇ ਹੀ ਸਾਨੂੰ ਫੋਨ ਕੀਤਾ ਸੀ ਅਤੇ ਉਹੀ ਕੁੜੀ ਹੈ ਜਿਹੜੀ ਕਿ ਉਹਨਾਂ ਦੇ ਪੁੱਤ ਦੀ ਜਾਣਕਾਰ ਹੈ, ਉਹਨਾਂ ਦੀ ਦੋਸਤ ਹੈ, ਘਰ 'ਤੇ ਵੀ ਚਾਹੁੰਦੀ ਜਾਂਦੀ ਸੀ ਅਤੇ ਉਸੇ ਦੇ ਵੱਲੋਂ ਅਜਿਹਾ ਫੋਨ ਕੀਤਾ ਗਿਆ। ਪਤਾ ਲੱਗਿਆ ਕਿ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ, ਪਰ ਇਸ ਦੇ ਚੱਲਦੇ ਘਰ ਦੇ ਨਹੀਂ ਮੰਨੇ ਕੁੜੀ ਦੇ ਅਤੇ ਹੁਣ ਦੋਹਾਂ ਦੇ ਵਿਚਾਲੇ ਇੱਥੇ ਆਉਣ ਸਮੇਂ ਕੀ ਗੱਲਬਾਤ ਹੋਈ ਹੈ ਕਿਸੇ ਨੂੰ ਨਹੀਂ ਪਤਾ। ਅਤੇ ਦੂਸਰੇ ਪਾਸੇ ਸਿਟੀ ਥਾਣਾ SHO ਅਜੀਤਪਾਲ ਸਿੰਘ ਅਤੇ ਬਲਾਚੌਰ ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਰੂਪਨਗਰ ਦੇ ਵਿੱਚ ਗੋਤਾਖੋਰ ਬੁਲਾਏ ਗਏ ਨੇ ਤਾਂ ਕਿ ਨੌਜਵਾਨ ਨੂੰ ਲੱਭਿਆ ਜਾ ਸਕੇ, ਪਰ ਹੁਣ ਤੱਕ ਉਸਨੂੰ ਲੱਭਣ ਦੇ ਵਿੱਚ ਕੋਈ ਕਾਮਯਾਬੀ ਨਹੀਂ ਮਿਲੀ, ਨਾਕਾਮ ਸਾਬਿਤ ਹੋ ਰਹੀ ਹੈ। ਪੂਰੀ ਟੀਮ ਸਵੇਰ ਤੋਂ ਲੈ ਕੇ ਹੁਣ ਤੱਕ ਤਲਾਸ਼ ਜਾਰੀ ਹੈ ਅਤੇ ਲਗਾਤਾਰ ਤਲਾਸ਼ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਜਦੋਂ ਉਸਦੀ ਭਾਲ ਕੀਤੀ ਜਾਵੇਗੀ ਕਿ ਆਖਿਰਕਾਰ ਉਹ ਕਿੱਥੇ ਹੈ ਅਤੇ ਕਿਸ ਹਾਲਾਤ ਦੇ ਵਿੱਚ ਹੈ। ਪਰ ਦੋਹਾਂ ਦੇ ਵਿਚਾਲੇ ਅਜਿਹੀ ਕੀ ਗੱਲਬਾਤ ਹੋਈ ਸੀ ਕਿ ਸਾਗਰ ਨੇ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ, ਇਸ ਸੰਬੰਧੀ ਉਸ ਕੁੜੀ ਤੋਂ ਪੁੱਛਗਿੱਛ ਕਰਨੀ ਬਣਦੀ ਹੈ। ਫਿਲਹਾਲ ਉਸਦਾ ਨੰਬਰ ਘਰਦਿਆਂ ਦੇ ਵੱਲੋਂ ਪੁਲਿਸ ਵਾਲਿਆਂ ਨੂੰ ਦਿੱਤਾ ਗਿਆ। ਜਲਦ ਹੀ ਸਾਰੇ ਮਾਮਲੇ 'ਤੇ ਪੂਰੀ ਕਾਰਵਾਈ ਕਰਨ ਤੋਂ ਬਾਅਦ ਪਤਾ ਲੱਗ ਸਕੇਗਾ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕੀ ਕਾਰਨ ਸੀ। ਅਸੀਂ ਨਾ ਠੀਆਏ
ਕੁੜੀ ਉੱਥੇ ਜਾਂਦੀ ਸੀ ਛਾਲ ਮਾਰਦੀ ਨੇ। ਕੁੜੀ ਕੌਣ ਸੀਗੀ ਜੀ? ਕੁੜੀ ਉਹਦੀ ਫਰੈਂਡ ਸੀਗੀ। ਅੱਛਾ ਜੀ। ਮੈਨੂੰ ਕਹਿੰਦੀ ਉਹਨੇ ਛਾਲ ਮਾਰ ਦਿੱਤੀ। ਲੈ ਕੇ ਪਹਿਲਾਂ ਵੀ ਜਾਂਦੀ ਰਹੀ ਉਹ ਇੱਥੇ ਸਾਡੇ ਨਾਲ ਘਰ ਹੈ ਬਿਲਕੁਲ। ਅਸੀਂ ਕਿਹਾ ਵੀ ਲੈਣਾ ਕੁੜੀਆਂ ਚਲਾਕ ਹੁੰਦੀਆਂ, ਵੈਸੇ ਵੀ ਚੰਡੀਗੜ੍ਹ ਦੀਆਂ ਕੁੜੀਆਂ, ਤੁਸੀਂ ਉਹ ਨਾ ਚੁੱਕੋ ਪੈਦਾ ਵੀ ਰਹਿਣ ਦੋ। ਉਹ ਮੁੰਡਾ ਕਹਿੰਦਾ ਸੀ ਉਹਨੂੰ ਮਰ ਜਾ, ਇਹਦੇ ਵੀ ਨਹੀਂ ਰਹਿਣਾ। ਆਪ ਰੱਖੀ ਆ ਇੱਥੇ ਤਿੰਨ ਚਾਰ ਵਾਰੀ ਆਈ ਕੁੜੀ ਸਾਡੇ ਸਾਹਮਣੇ ਆਈ ਆ। ਚੰਡੀਗੜ੍ਹ ਹੀ ਦੱਸ ਰਹੇ ਜੀ, ਹੁਣ ਪਤਾ ਨੀ ਕੁੜੀ ਹੁਣ ਚਲੀ ਗਈ ਸੀ ਜੀ। ਤੇ ਗਈ ਉਹ ਰੰਗੀ ਕੁੜੀ ਬਸ ਚੜ ਗਈ। ਫੋਟੋਆਂ ਤਾਂ ਹੈਗੀਆਂ ਮੁੰਡੇ ਦੇ ਫੋਨ ਤੇ। ਅਸੀਂ ਗਿਆ ਮੁੰਡੇ ਨੂੰ ਉਹਦਾ ਨੰਬਰ ਵਗੈਰਾ ਫੋਟੋ ਦਾ। ਹਾਂਜੀ ਨੰਬਰ ਵਗੈਰਾ ਤਾਂ ਹੁੰਦਾ ਹਰ ਆਂਦੇ ਕੋ ਅਸੀਂ ਲੋਟ ਹੋ ਗਏ। ਚਲੋ ਸਾਡੀ ਕੋਈ ਨਹੀਂ ਸੁਣਦਾ ਹੈਗਾ, ਮੇਰਾ ਸਿਰ ਮੇਰੀ ਕੋਈ ਸੰਸਰ ਕੋਰੇ ਆਪਣੇ ਆਪਣੇ ਤੇ ਕੋਈ ਅਸੀਂ ਲੋਟ ਹੋ ਗਏ। ਚਲੋ ਸਾਡੀ ਕੋਈ ਨਹੀਂ ਸੁਣਦਾ ਹੈਗਾ, ਮੇਰਾ ਸਿਰ ਮੇਰੀ ਕੋਈ ਸੰਸਰ ਕੋਰੇ ਆਪਣੇ ਆਪਣੇ। ਪਹੁੰਚਿਆ ਮੌਕੇ ਪਰ ਤਾਂ ਉਸੇ ਕੁੜੀ ਨੇ ਦੱਸਿਆ ਕਿ ਮੇਰੇ ਸਾਹਮਣੇ ਹੁਣੇ ਛਾਲ ਮਾਰੀ ਹੈ। ਉਹ ਤੋਂ ਬਾਅਦ ਕੁੜੀ ਸਾਨੂੰ ਪਤਾ ਨੀ ਕਿੱਧਰ ਕਿੱਧਰ ਨੀ ਹੈਗੀ, ਕੌਣ ਬੱਚੇ ਨੂੰ ਰੱਖਦੇ ਜਾਣਾ ਪਿਆ। ਹੁਣ ਜਿਹੜੀ ਕੁੜੀ ਦੀ ਗੱਲ ਕਰ ਰਹੇ ਹੋ, ਕੁੜੀ ਨੇ ਫੋਨ ਇਹਨਾਂ ਦੇ ਘਰਦਿਆਂ ਨੂੰ ਕੀਤਾ ਸੀ? ਇਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਹੈ। ਸਾਗਰ ਜਿਹੜਾ ਬੜਾ ਲੜਕਾ ਉਹ ਆਪਣਾ ਟੈਲਾਂ ਦਾ ਕੰਮ ਕਰਦਾ ਜੀ, ਦਿਹਾੜੀ ਮਜ਼ਦੂਰੀ ਕਰਦਾ ਜੀ। ਹਾਂਜੀ। ਇਹਦੇ ਕੋਈ ਸਿਸਟਰ ਵਗੈਰਾ ਵੀ ਹੈਗੀ? ਸਿਸਟਰ ਗੁੜੀਆ ਇੱਕ ਹੈਗੀ। ਹਾਂਜੀ ਹਾਂਜੀ। ਸਾਡੀ ਕੋਈ ਨਹੀਂ ਸੁਣਦਾ ਹੈਗਾ, ਮੇਰਾ ਸਿਰ ਮੇਰੀ ਕੋਈ ਸੰਸਰ ਕੋਰੇ ਆਪਣੇ ਆਪਣੇ ਤੇ ਕੁੜੀ ਹੈ। ਲੋਟ ਹੋ ਗਏ। ਚਲੋ ਸਾਡੀ ਕੋਈ ਨਹੀਂ ਸੁਣਦਾ ਹੈਗਾ, ਮੇਰਾ ਸਿਰ ਮੇਰੀ ਕੋਈ ਸੰਸਰ ਕੋਰੇ ਆਪਣੇ ਆਪਣੇ।